ਮੇਘੋਵਾਲ ਦੁਆਬੇ ਤੋਂ ਇੰਦੂ ਮੇਘੋਵਾਲ ਦੁਆਬਾ ਇੰਦੂ ਮੇਘੋਵਾਲ ਮਿੱਤਰੋ ਸਰਦਾਰ ਦਰਸ਼ਨ ਦੀ ਖਬਰ ਬਹੁਤ ਭਜਾਉਂਦੇ ਤੇ ਰਾਣੇ ਨੂੰ ਇਹੋ ਜਿਹੀ ਗੁਰਸੁੱਤੀ ਦਿੱਤੀ ਰਾਣੇ ਦੇ ਰੋਮ ਰੋਮ ਦੇ ਵਿੱਚ ਬਾਲ ਗੱਡੀਆਂ ਦੇ ਸ਼ੌਂਕ ਪਰਤਾ ਬਾਈ ਦਰਸ਼ਨ ਸਿੰਘ ਖਾਬੜਾ ਨੇ ਇਹ ਖਾਬੜਾ ਪਰਿਵਾਰ ਦੀ ਉਹ ਦੇਣ ਹੈ ਜੇ ਆਪਾਂ ਪਿੱਛੇ ਦੂਰ ਤੱਕ ਨਿਗਾਹ ਮਾਰੀਏ ਤਾਂ ਸਰਦਾਰ ਦਰਸ਼ਨ ਸਿੰਘ ਖਾਬੜਾ ਦੇ ਸਿਰ 'ਤੇ ਇਸੇ ਰੱਬ ਨੇ ਆ ਜਾਂਦਾ ਮਿੱਤਰੋ ਜਿਹੜਾ ਸ਼ੌਂਕ ਆਪਦੇ ਭਾਣਜੇ ਉਹਨਾਂ ਨੂੰ ਪਾਇਆ ਉਹਨਾਂ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਰਦਾਰ ਦਰਸ਼ਨ ਸਿੰਘ ਖਾਬੜਾ ਦਾ ਤਿਆਰੀ ਭਾਈ ਫਿਰ ਆਈ ਗੁਰਪ੍ਰੀਤ ਸਿੰਘ ਮੁਕੜਾਉਂਦਾ 31-2 ਫਿਰ ਆਏ ਜਸਕਰ ਸਿੰਘ ਕੁਹਾੜਾ 26-16 26-37 ਸਾਂਤਾ ਸਿੰਘ ਬੇਨਤੀ ਹੈ ਬਈ ਕਿ ਲਾਈਵ ਚੱਲਦੀ ਹੈ ਹੱਥ ਬੰਨ ਕੇ ਮੇਰੀ ਬੇਨਤੀ ਹੈ ਧਿਆਨ ਰੱਖੋ ਇਸ ਗੱਲ ਦਾ ਇਹ ਲਾਈਵ ਖੇਡਾਂ ਚੱਲਦੀਆਂ ਬਾਹਰਲੇ ਮੁਲਕਾਂ ਦੇਖੋ ਪੜ੍ਹੇ ਲਿਖੇ ਸਾਰੇ ਪਰਿਵਾਰ ਬੈਠੇ ਹੈ ਸਾਡੀਆਂ ਭੈਣਾਂ ਬੈਠੀਆਂ ਬੱਚੀਆਂ ਬੈਠੀਆਂ ਮਾਵਾਂ ਬੈਠੀਆਂ ਸੋ ਗੁਣਵਾਨ ਵੀਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਧਿਆਨ ਰੱਖਣ ਇਸ ਗੱਲ ਦਾ ਤਿਆਰੀ ਬਈ ਦਾਰਾ ਸਿੰਘ ਸੈਂਪਲਾ ਲਾਲਪੁਰੀਆ ਬੇਨਤੀ ਹੈ ਟੈਂਪ ਗੁੜ ਪਾਉਣ ਜਾਣ ਜੀ ਸਰਦਾਰ ਦਾਰਾ ਸਿੰਘ ਸੈਂਪਲਾ ਲਾਲਪੁਰੀਏ ਆਪਦੇ ਟੈਂਪੂ ਕੋਲ ਪਹੁੰਚ ਜਾਣ ਜੀ ਤਿਆਰੀ ਭਾਈ ਚੌਥੀ ਸ਼ਬਦ ਵਾਲੇ ਵੀਰ ਆਪਣੀ ਤਿਆਰੀ ਰੱਖੋ ਚੌਥੀ ਵਾਲੇ ਆ ਜੀ ਭਾਈ ਚੌਵੀ 05 ਦਾ ਸਮਾਂ ਜੀ 24-05 ਇਹ ਪੰਥੀ ਹੈ ਪਿੰਡ ਟਟੋਗਲ ਜ਼ਿਲ੍ਹਾ ਸੰਗਰੂਰ ਪ੍ਰਧਾਨ ਬਲਦੇਵ ਸਿੰਘ ਟਟੋਗਲ ਪੰਥੀ ਟਟੋਗਲ ਬਿਆਨ ਸਿੰਘ ਖੇੜੀ ਨਾਜਰ ਸਿੰਘ ਖੇੜੀ ਪਹਿਲਾ ਹੀ ਧਰਮਿੰਦਰ ਸਿੰਘ ਪਿੰਡ ਮੁਕੜੌਨਾ ਤੈਂ 26-37 ਧਰਮਿੰਦਰ ਸਿੰਘ ਪਿੰਡ ਮੁਕੜੌਨਾ 26-37 ਲਓ ਜੀ 21-53 ਘਰ ਸੰਭਾਲੇ ਹਰਚਰਨ ਸਿੰਘ ਜੀ ਢਿਡਾਰੀ ਕਲਾਂ ਕੇਸਰ ਸਿੰਘ ਜੀ ਕੜਾਹਾ ਫਿਰ 22-50 ਹਰਪ੍ਰੀਤ ਸਿੰਘ ਜੰਡਾਲੀ ਡਰਾਈਵਰ ਮਹਿੰਦਰ ਸਿੰਘ ਜਰਗੜੀ ਤਾਗੀ ਭਾਈ ਗੁੰਮਾ ਸੋਸਪੁਰ 22-55 ਮਨੀ ਬਗਲੀ ਸੁੱਖਾ ਨਾਗਰਾ ਗੋੜੀ ਚੋਡਾ ਛੱਬੀ ਸੈਂਤੀ ਪੁਆਇੰਟ ਇਹ ਪੰਡਿਤ ਨੇ ਜੱਬੋ ਮਾਜਰੇ ਵਾਲੇ ਜਿਹੜੇ ਭਜਾ ਕੇ ਲਿਆ ਇਹਨਾਂ ਨੂੰ ਪੰਡਿਤ ਜੱਬੋ ਮਾਜਰਾ ਹਰਪਿੰਦਰ ਸਿੰਘ ਬਬਲੂ ਕਨੇਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਸੁੱਖਾ ਚੱਕਲਾਂ ਆੜਤੀਆ ਇਹ ਸ਼ਿਵਰ ਜੀ ਉਹਨਾਂ ਵੱਲੋਂ ਵੀ ਇਨਾਮ ਹੈ ਸਰਪੰਚ ਸਾਹਿਬ ਧਮੋੜ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲਓ ਜਿਹੜੀ ਗੱਡੀ ਹੁਣੇ ਭੱਜਦੀ ਹੈ ਸਿਮਰਨ ਸਿੰਘ ਯੂਐਸਏ ਉਹਨੂੰ 500 ਰੁਪਏ ਦੇਣਗੇ ਕੋਈ ਆ ਜਾਵੇ ਜੀ ਆਪਣੀ 500 ਪੜ ਲਈ ਮਤਲਬ ਚਲ ਕੋਈ ਨੀ ਮੈਂ ਬੋਲਦਾ ਬਾਈ ਧੰਨਵਾਦੀਆਂ ਮੈਂ ਸਿਮਰਨ ਸਿੰਘ ਯੂਐਸਏ ਇਹ ਸਾਡੇ ਗੋਤੀ ਭਰਾ ਨੇ ਕਹਿੰਦੇ 100 ਗੋਤੀ ਇੱਕ ਧੋਤੀ ਆ ਜੀ ਬਾਈ 100 ਧੋਤੀ ਗੋਤੀ ਇਹ ਮਾਣ ਕਰਦੇ ਨੇ 500 ਰੁਪਇਆ ਮੇਰਾ ਵੀ
ਆਹ ਗੱਡੀ ਵਾਸਤੇ ਜੀ, ਆਹ ਜਿਹਦੀ ਮਰਜ਼ੀ ਗੱਡੀ ਭੱਜ ਜਾਵੇ ਸਿਮਰ ਜੀ ਤੰਬੋਟੇ ਵਾਲੇ ਕਹਿੰਦੇ ਇਹਨੂੰ 500 ਰੁਪਇਆ ਦਊ ਮੈਂ। ਪੱਚੀ ਉੱਨੀ ਇਹ ਸਿਮਰਜੀਤ ਧਮੋਟ ਯੂ ਐਸ ਏ ਮਨੀ ਬਗਲੀ ਨੂੰ 500 ਰੁਪਇਆ ਦਿੰਦੇ ਵੇ, ਮਨੀ ਬਗਲੀ ਦੀ ਗੱਡੀ ਨੂੰ ਵੀ ਸਿਮਰਜੀਤ ਨੇ ਇਹ ਸ਼ੋਟ 'ਚ ਵੀ 500, 300, 200 ਲਾਇਆ ਹੋਇਆ। ਸਿਮਰਜੀਤ ਸਿੰਘ ਧਮੋਟ ਉਹਨਾਂ ਦੇ ਨਾਲ ਨੇ ਦੂਜੇ ਸਾਥੀ ਇਹ ਗਿੱਲ ਸਪੋਰਟਸ ਕਲੱਬ ਧਮੋਟ ਬਈ। ਮਾਣ ਹੈ ਮਿੱਤਰੋ ਧਮੋਟ ਸ਼ਬਦ ਕਹਿਣ ਨੂੰ, ਮਾਣ ਮਹਿਸੂਸ ਕਰਦਾ ਮੈਂ ਕਿ ਸਾਡਾ ਪਿੰਡ ਹੈ ਬਈ, ਆਪਦੇ ਪਿੰਡ ਦਾ ਮਾਣ ਹੀ ਹੋਇਆ ਕਰਦਾ। ਇਹੋ ਜਿਹੇ ਸਾਥੀ ਬੈਠੇ ਸਾਡੇ ਬਿੱਟੂ ਧਮੋਟ, ਸਿਮਰਜੀਤ ਯੂ ਐਸ ਏ ਧਮੋਟ, ਬਰਿੰਦਰ ਸਿੰਘ ਨਾਗਰਾ, ਉਹਨਾਂ ਦੇ ਫਾਦਰ ਆ ਕੇ ਮਿਲਣ ਇੱਕ ਵਾਰੀ ਸਟੇਜ ਦੇ ਨੇੜੇ ਧਮੋਟੀਆਂ ਨੂੰ ਮਿਲਣ ਜੀ। ਬਰਿੰਦਰ ਸਿੰਘ ਨਾਗਰਾ, ਸਿਮਰਜੀਤ ਸਿੰਘ ਯੂ ਐਸ ਏ ਧਮੋਟ, ਪਹਿਲਾਂ ਗੱਡੀ ਆਈ ਬਿੱਟੂ ਗਿੱਲ ਚੱਬੋ ਮਾਜਰਾ, ਤਿਆਰੀ ਆ ਬਾਈ। ਇਹ ਦਿਲਾਂ ਦੀਆਂ ਗੱਲਾਂ ਆ ਗਈ ਬਾਈ, ਹਾਂ ਸ਼ਿਵੜ ਦਾ ਕੋਈ ਨੀ, ਜਾਂ ਮਰਜ਼ੀ ਭਜਾਈ ਜਾ। ਛੱਬੀ ਪੈਂਹਠ ਇਹ ਮਤਲਬ ਜਿਹੜੇ ਬਾਹਰ ਬੈਠੇ ਸਾਥੀ, ਮੈਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ। ਦਿਲ ਦਰਿਆ ਸਮੁੰਦਰੋਂ ਡੂੰਘੇ ਮੇਰੇ ਕੌਣ ਦਿਲਾਂ ਦੇ ਜਾਣੇ, ਇਹ ਦਿਲ ਬਿਨਾਂ ਇਨਾਮ ਸਨਮਾਨੀ ਨਹੀਂ ਹੋਇਆ ਕਰਦੇ। ਸਿਮਰਜੀਤ ਧਮੋਟ ਯੂ ਐਸ ਏ, ਵਰਿੰਦਰ ਸਿੰਘ ਨਾਗਰਾ ਯੂ ਐਸ ਏ, ਸਾਡੇ ਛੋਟਾ ਵੀਰ ਰੁਪਿੰਦਰ ਬਬਲੂ ਕਨੇਡਾ, ਸੁੱਖਾ ਨਾਗਰਾ ਗੋਲੂ ਯੋਧਾ ਕਰਮਜੀਤ ਕੰਮਾ ਬਲਾਲਾ, ਹੈਪੀ ਮੁੰਡੀਆਂ ਬਿੱਟੂ ਧਮੋਟ, ਕਮਲ ਹਮਾਇਓ ਉੱਪਰ ਵਰਿੰਦਰ ਜੰਡ, ਛੇਰਾ ਚਿਰਵਾਲ, ਸੁਲੱਖਣ ਸੋਢੀ ਯੂ ਕੇ ਕਿਸ਼ਨਪੁਰ ਦੁਆਬਾ, ਸੁਲੱਖਣ ਸਿੰਘ ਸੋਢੀ ਦਾ ਪਰਿਵਾਰ ਬਾਹਰ ਰਹਿੰਦਾ, ਸਾਰਾ ਅੰਮ੍ਰਿਤਧਾਰੀ ਪਰਿਵਾਰ ਸੁਲੱਖਣ ਸਿੰਘ ਸੋਢੀ ਉਹਨਾਂ ਦਾ, ਸਰਦਾਰ ਕੁਲਵੀਰ ਸਿੰਘ ਮਾਨਕਾ ਗਿਆਨ ਸਿੰਘ ਉਹਨਾਂ ਦੇ ਪੁੱਤਰ ਨੇ, ਸੰਦੀਪ ਸਿੰਘ ਬਹਿਲਪੁਰ ਤੋਂ, ਇਹ ਸਾਰੇ ਬਾਹਰ ਬੈਠੇ। ਜਗਜੀਤ ਸਿੰਘ ਸਮਾਣਾ, ਜੱਸਾ ਹਸਨਪੁਰ, ਇਹ ਬਾਹਰ ਬੈਠੇ ਨੇ, ਕਾਸ਼ਦੀਪ ਵਾਲਾ, ਪਰ ਬਹੁਤ ਮਿੱਤਰੋ ਸਾਰਿਆਂ ਦੇ ਇੱਧਰ ਭੱਜਦੇ ਨਾ ਵੀਰਾਂ ਦੇ, ਸੋ ਬੜੀ ਮਿਹਰਬਾਨੀ ਇਹਨਾਂ ਭਰਾਵਾਂ ਦੀ। ਆ ਸਿਮਰਜੀਤ ਉਹ ਵੀ ਅੱਗੇ ਜੁੜੇ ਆ ਮਿੱਤਰੋ, ਇਹ ਵੀ ਇਹਨਾਂ ਦੀ ਲਿਸਟ 'ਚ ਹਾਜ਼ਰ ਕਰਦਾਂਗੇ ਅੱਗੇ, ਵਰਿੰਦਰ ਨਾਗਰੇ ਉਹਨਾਂ ਨੂੰ ਵੀ। ਤਿਆਰੀ ਆ ਭਾਈ, ਹਾਂ ਬਾਹਰ ਕਹਿੰਦੇ ਅੱਗੇ ਵੀ ਭਾਈ ਮੋਟੇ ਹੀ ਨਾਮ ਹੁੰਦੇ, ਤਾਂ ਵੋਟ ਪਤਾ ਹੀ ਇਹਨਾਂ ਨੂੰ, ਵੱਡੇ ਨਾਮਾਂ ਨਾਲੇ ਮੇਲਾ ਹੁੰਦਾ। ਆ ਜੀ ਭਾਈ, ਪਹਿਲਾਂ ਆਈ ਜਗਜੀਤ ਸਿੰਘ ਰਿੰਕੂ ਸਮਾਣਾ, ਇਹਨਾਂ ਨੂੰ 500 ਰੁਪਇਆ ਵੀ ਧਮੋਟ ਵੱਲੋਂ ਆਪਣਾ ਲੈ ਜਾਣ, ਇਹਨਾਂ ਨਾਲ ਝੱਲੀਆਂ ਵਾਲਾ ਬਹਿੜਾ ਤਾ 500 ਰੁਪਇਆ ਲੈ ਜਾਣ ਸਮਾਣੇ ਵਾਲੇ। ਪੱਚੀ ਨੱਬੇ ਦਾ ਸਮਾਂ ਬਈ, 25-90। ਫਿਰ ਆਏ ਮਨਜੋਤ ਸਿੰਘ ਜੈਨਪੁਰ ਦੇ, 26-65 ਦਾ ਸਮਾਂ ਹੈ। ਇਹ ਸ਼ਿਵੜ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਘਰ ਸਾਹਿਬ ਲਾਉਣਾ, ਦੇਖੋ ਧਮੋਟੀਆਂ ਦੇ ਸੁੱਖ ਨਾਲ ਕਈ ਨਾਮ ਹੈ। ਸਿਮਰਜੀਤ ਯੂ ਐਸ ਏ ਵਰਿੰਦਰ ਨਾਗਰੇ ਵੱਲੋਂ 500, 300, 200, ਫਿਰ ਸਰਪੰਚ ਸਾਹਿਬ ਸੁੱਖਾ ਸਾਡੇ ਆਰਤੀ ਆਈ ਚੱਕਲਾ, ਉਹਨਾਂ ਵੱਲੋਂ ਵੀ ਦੋ ਭਰਾਵਾਂ ਵੱਲੋਂ 500 ਰੁਪਏ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ।
ਆਹ ਸ਼ਿਵਰਜ ਭਾਈ ਵੱਡੇ ਨਾਮ ਸਾਰੇ ਮੈਂ ਜੇ ਬਗੜੀਏ ਤਾਂ ਧਮੋਟ ਵਾਲੇ ਵੀਰਾਂ ਦਾ ਵੀ ਬੜਾ ਸਹਿਯੋਗ ਹੈ ਬਈ ਤਿਆਰੀ ਆ ਭਾਈ ਚੌਥੀ ਸ਼ਿਫਟ ਜਾਣੀ ਹੈ ਹੁਣ ਬਈ ਜਿਹੜੀ ਹੁਣ ਸ਼ਿਫਟ ਜਾਣੀ ਹੈ ਚੌਥੀ ਜਾਣੀ ਹੈ ਉਹ ਤਾਂ ਅਗਲੀ ਸ਼ਿਫਟ ਆਖਰੀ ਆਉਣੀ ਹੈ ਅਤੇ ਸਮਾਂ ਵੀ ਸ਼ਾਮ ਦਾ ਹੋ ਜਾਣਾ ਭਾਈ ਅਗਲੀ ਸ਼ਿਫਟ 'ਚ ਬਸ ਉਹਦੇ ਨਾਲ ਹੀ ਖੇਡ ਨੇ ਸਮਾਪਤ ਹੋ ਜਾਣਾ ਜਿਹੜੀ ਬਟਲੇ ਦੀ ਖੇਡ ਹੈ 25-9 ਨੂੰ ਹੈ ਬਈ ਮੈਂ ਕੋਰਟ ਦੋਏ ਦਿਨ 25-8 ਦੀ ਬੋਲਦਾ ਰਿਹਾ ਪ੍ਰਧਾਨ ਉਹਨਾਂ ਦਾ ਫੋਨ ਆਇਆ ਤਾਂ ਵੀ 25-8 ਨਹੀਂ ਉਹ ਖੇਡ 25-9 ਦੀ ਹੈ ਨਹੀਂ ਜੋੜਦੇ ਭਾਈ ਅਗਲੀ ਸ਼ਿਫਟ ਮੰਗਾ ਲਿਓ ਜੀਤ ਸਿੰਘ ਜੇ ਇਹਨਾਂ ਕੋਲ ਗੁਡਵਾਨ ਕੋਈ ਘਾਟ ਹੈ ਗੱਡੀ ਨਹੀਂ ਸ਼ਿਫਟ ਅਗਲੀ ਮੰਗਾ ਲਓ ਜਿਹੜੇ ਖਰਾਬ ਹੋਏ ਹੋਏ ਉਹ ਵੀ ਸ਼ਿਫਟ ਜਾਣਗੇ ਵੀ ਜਿਹੜੇ ਖਰਾਬ ਹੋ ਕੇ ਬਹੁਤ ਸਾਡੇ ਕਿੰਨੇ ਆਏ ਹੋਏ ਉਹ ਵੀ ਇਹ ਸ਼ਿਫਟ ਚਲੇ ਜਾਣ ਉਹ ਬੱਲੇ 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 ਉਹ ਸਾਡੇ ਕਰਨੀ ਹੋਣੀ ਬਾਈ ਜਰਨੈਲ ਸਿਮਰ ਦੇ ਸਪੁੱਤਰ ਜੈਨਪੁਰੀਆ ਵੀ ਪਹੁੰਚੇ ਹੋਏ ਆ ਬਾਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਇਹ ਯਾਰਾਂ ਦੇ ਯਾਰ ਨੇ ਵੀ ਛੋਟੇ ਵੀਰ ਮੇਰਾ ਸੋ ਧੰਨਵਾਦੀ ਹਾਂ ਮੈਂ ਕਰਨੀ ਦਾ ਵੀ ਭੁਪਿੰਦਰ ਸਿੰਘ ਭਿੰਦਰੋਂ ਵੀ ਪਹੁੰਚੇ ਹੋਏ ਆ ਬਾਈ ਸਾਡੇ ਖੇੜੀ ਤਰਲੋਚਨ ਸਿੰਘ ਡੀ ਸੀ ਅਕਲ ਹਾਂ 25-90 ਸਮਾਂ ਉਹਨਾਂ ਦਾ ਬਈ ਤਿਆਰੀ ਆਈ ਤਿਆਰੀ ਆ ਬਾਈ ਆ ਗਈ ਬਾਈ ਧਿਆਨ ਰੱਖੋ ਧਿਆਨ ਹੋਏ 24-55 ਸਮੇਂ ਪਹਿਲਵਾਨ ਵੀਰੋ ਫਿਰ ਬੇਨਤੀ ਹੈ ਮੇਰੀ ਸਾਡੀ ਬੇਨਤੀ ਤੇ ਅਮਲ ਕਰੋ ਕਮਾਲ ਦੀ ਗੱਲ ਹੈ ਯਾਰ ਗੁਰਵਾਨ ਵੀਰ ਨੋਟ ਕਰ ਲੈਣ ਜੇ ਕਿਸੇ ਗੁਰਵਾਨ ਨੇ ਹੁਣ ਗੱਲ ਕੱਢੀ ਟਾਈਮ ਬੋਲਣ ਤੋਂ ਪਹਿਲਾਂ ਗੱਡੀ ਸਕ੍ਰੈਚ ਕਰੂੰਗਾ ਪੜ੍ਹੀਆਂ ਲਿਖੀਆਂ ਫੈਮਲੀਆਂ ਮਿੱਤਰੋਂ ਖੇਡ ਨਾਲ ਜੁੜੀਆਂ ਹੁੰਦੀਆਂ ਪਤਾ ਬਈ ਕਿਆ ਕਹਿੰਦੇ ਕਰਦੇ ਵੀ ਆਹੀ ਖੇਡ ਹੈ ਤੁਹਾਡੀ ਅਮਲ ਕਰੋ ਮੇਰੀ ਗੱਲ ਦਾ ਗਾਲ ਬਿਨਾਂ ਨਹੀਂ ਭੱਜਦੇ ਉਹ ਫਿਰ ਮੈਂ ਨਹੀਂ ਗੱਲ ਸੁਣਾਉਣ ਲੰਘ ਵਾਲੀ ਵੀ ਕਹਿੰਦੇ ਮਾਟਰ ਉਹ ਬਣਾ ਸੁਣਾਇਆ ਕਰ ਬਈ 23-72 ਗੱਡੀ ਖੜੀ ਆ ਆਨੰਦਪੁਰੀਆਂ ਦੀ ਉਹਨਾਂ ਦਾ ਦਰਵਾਜ਼ਾ ਹੀ ਬੰਦ ਕਰਤਾ ਆਪਾਂ ਨੇ ਆਨੰਦਪੁਰੀ ਉਹਨਾਂ ਨੇ ਆਪ ਦੇ ਅੰਦਰ ਤੇ ਆਪਣੇ ਵਹੀਕਲ ਵੀ ਕਰਨੇ 23-72 ਗੱਡੀ ਜਿਹੜੇ ਵੀਰ ਦੀ ਆ ਬੇਨਤੀ ਉਹਨੂੰ ਪਾਸੇ ਕਰੇ ਜਾ ਕੇ ਉਹਨਾਂ ਨੇ ਆਪਦੀ ਕਾਰ ਕੱਢ ਕੇ ਜਾਣਾ ਸ਼ਹਿਰ ਨੂੰ 23-72 ਵਾਲੇ ਆਪਦੀ ਗੱਡੀ ਪਾਸੇ ਕਰ ਲੈਣ ਬਈ ਧੰਨਵਾਦ ਬਾਈ ਬੰਬਾ ਢੰਡਾਰੀ ਬੜੀ ਮਿਹਰਬਾਨੀ ਹਾਂਜੀ ਜੋੜੋ ਬਈ ਬਹੁਤ ਸਮਾਂ ਲੈ ਲਿਆ ਤੁਸੀਂ ਜੋੜੋ ਮੇਰੇ ਬਈ ਜੋੜੋ ਉਹ ਬਾਈ ਲਾਈਨ ਤੇ ਪਛਾਓ ਇੰਨਾ ਧਿਆਨ ਰੱਖੋ ਰੱਸੇ ਜਿੱਥੇ ਬੰਨਿਆ ਉੱਥੇ ਮਗਰ ਤਾਂ ਹੋ ਜਾਓ ਹੈ ਥੋੜੇ ਵੀਰ ਹੋ ਜਾਓ ਪਿਛਾ ਨੂੰ ਪਹਿਲਾਂ ਜੀ ਗੱਡੀ ਸੋਨੀ ਮੇਲਪੁਰ 24-55
ਆ ਸਾਡੇ ਛੋਟਾ ਵੀਰ ਸਰਬਜੀਤ ਸਿੰਘ ਕੜਾਹਾ। ਮੈਂ ਗੱਲ ਕਰਦਾ ਪਹਿਲਾਂ ਇਹਨਾਂ ਨੇ ਸਾਡੇ ਵੇਖ ਵੀ ਲਾਇਆ ਤਾ, ਸਾਡੇ ਪੰਮਾ ਕਮੇਟੀ ਦੇ ਜੋ ਕਮੈਂਟਰ ਨੇ ਉਹ ਵੀ ਇਸੇ ਨਗਰ ਦੇ ਨੇ, ਫਿਰ ਰੁਪਿੰਦਰ ਬਬਲ ਉਹਨੇ ਵੀ ਭਾਈ ਸੀ ਬਣਦੇ ਆ ਜਵਾਨ, ਜਿਹਨਾਂ ਨੇ ਨਵਾਂ ਇਤਿਹਾਸ ਰਚਤਾ ਖੇਡ ਦੇ ਵਿੱਚ। ਲਓ ਜੀ ਆਹਰੀ ਸ਼ਬਦ ਵਾਲੇ ਵੀਰ ਸਰਪੰਚ ਸੁਰਿੰਦਰ ਸਿੰਘ ਮੁਕਲੰਬਾ ਵੀ ਜੁੜੇ ਹੋਏ ਖੇਡ ਦੇ ਨਾਲ, ਧੰਨਵਾਦ ਕਰਦੇ ਹਾਂ। ਆਹਰੀ ਸ਼ਬਦ ਵਾਲੇ ਲੰਘੋ ਵੀਰ, ਆਹਰੀ ਸ਼ਬਦ ਵਾਲੇ ਲੰਘ ਜਾਣ। ਸਮਾਣੇ ਵਾਲਿਆਂ ਨੂੰ ਬੇਨਤੀ ਆਪਣਾ 500 ਰੁਪਇਆ ਸਾਡੀ ਟ੍ਰੇਨ 'ਚੋਂ ਲੈ ਕੇ ਜਾਣ ਦੀ, ਸਮਾਣੇ ਵਾਲਿਆਂ ਨੂੰ ਬੇਨਤੀ ਹੈ 500 ਰੁਪਇਆ ਆਪਦਾ ਪ੍ਰਾਪਤ ਕਰ ਲੈਣ। ਸ਼ਬਦ ਦੇਖੋ ਕੀ ਹੈ, ਪਹਿਲਾ ਦੂਆ ਤੀਆ। ਲਓ ਜੀ ਬਾਬਾ ਨਾਲ ਭਾਗ ਜੀ ਯਾਦਗਾਰੀ ਖੇਡ ਮੇਲਾ, ਜਿੱਥੇ ਹੁਣੇ ਆਪਾਂ ਬੋਰਡ ਪਜਾਏ 9, 10, 11, 12 ਸਤੰਬਰ ਦਾ ਜੀ, ਦਿਨ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਨੂੰ ਗੁਰਦਿਆਲ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ। ਲੰਗਰ ਦੀ ਸੇਵਾ ਸਵਰਗਵਾਸੀ ਕਰਨੈਲ ਸਿੰਘ ਜੀ, ਟਰੱਕਾਂ ਵਾਲੇ ਦੇ ਪਰਿਵਾਰ ਵੱਲੋਂ, ਪ੍ਰਧਾਨ ਬਰੀਕ ਸ਼ੁਕਰ ਦੇ ਪਰਿਵਾਰ ਵੱਲੋਂ, ਉਹ ਦੋ ਪਰਿਵਾਰ ਹਰ ਸਾਲ ਲੰਗਰ ਦੀ ਸੇਵਾ ਕਰਦੇ ਕੋਟ ਗੰਗੂ ਰਾਏ ਜਦੋਂ ਮੇਲਾ ਹੁੰਦਾ। ਇਹ ਮੇਲਾ ਭਾਈ 9, 10, 11, 12 ਬਹੁਤ ਛੱਡ ਕੇ, ਕਿਉਂ ਬੁਰਦਾਂ ਦੀ ਖੇਡਾਂ ਹੋ ਚੁੱਕੀ ਹੈ, ਕਰਮਾਂਤ ਸਿੰਘ ਕੰਤਾ ਕੋਟ ਗੰਗੂ ਰਾਏ, ਸੈਕਟਰੀ ਕੋਟ ਗੰਗੂ ਰਾਏ ਜਾਣਕਾਰੀ ਦਿੰਦੇ ਔਰ ਇਸ਼ਤਿਹਾਰ ਪਹੁੰਚਾਉਂਦੇ। ਆਓ ਜੀ ਪਹਿਲੇ ਅੰਬਰ ਤੇ ਕੇਸਰ ਸਿੰਘ ਕੁਲਹਾ, ਹਰਚਰਨ ਸਿੰਘ ਜੀ ਢਿਨਾਰੀ ਆਪਣਾ ਸ਼ਬਦ ਦਾ ਨਾਮ ਲੈ ਲੈਣ, ਦੂਜੇ ਹੈਪੀ ਹਰਬੀਰ ਜੰਡਾਲੀ, ਦੂਜਾ ਤੀਜਾ ਤਲੋਚਰ ਸਿੰਘ ਕੜਾਹਾ, ਇਹ ਸ਼ਬਦ ਆਪਣਾ ਨਾਮ ਪ੍ਰਾਪਤ ਕਰਨ ਤਿੰਨੇ ਵੀਰ ਆ ਕੇ। ਇਹ ਸਰਪੰਚ ਸਾਹਿਬ ਕੜਾਹਾ ਸਿਮਰ ਜੀ ਉਸੇ ਧਮੋਟ, ਸਰਪੰਚ ਸਾਹਿਬ ਧਮੋਟ ਇਹਨਾਂ ਵੱਲੋਂ ਇਹ ਇਨਾਮ ਲੱਗੇ ਹੋਏ ਸ਼ਬਦ ਦੇ, ਬੇਨਤੀ ਆਪਣੇ ਲੈ ਜਾਣ। ਸਰਦਾਰ ਭੁਪਿੰਦਰ ਸਿੰਘ ਗੁਰਨਾ ਖੇੜੀ, ਧੰਨਵਾਦ ਕਰਦੇ ਹਾਂ ਵੀ ਬੜੀ ਮਿਹਰਬਾਨੀ। ਹੈਲੋ, ਧੰਨਵਾਦੀ ਹਾਂ ਅਸੀਂ ਸਰਦਾਰ ਮਨਦੀਪ ਸਿੰਘ ਸਹੋਤਾ USA ਔਰ ਸਰਦਾਰ ਜੀਤ ਸਿੰਘ ਜੀ USA ਵਾਲਿਆਂ ਦੇ, ਜਿਨ੍ਹਾਂ ਦਾ ਲਗਾਤਾਰ ਫੋਨ 'ਤੇ ਵੀ ਸੰਪਰਕ ਬਣਿਆ ਹੋਇਆ ਹੈ। ਮਨਦੀਪ ਸਿੰਘ ਸਹੋਤਾ ਜੀ ਕੜਾਹੇ ਦੇ ਜਮਾਈ ਨੇ ਔਰ ਜਿਨ੍ਹਾਂ ਨੇ ਖੁੱਲ੍ਹੇ ਗੱਫੇ ਬਖਸ਼ੇ ਨੇ ਇਸ ਖੇਡ ਦੇ ਲਈ, ਔਰ ਸਰਦਾਰ ਅਜੀਤ ਸਿੰਘ ਜੀ ਕਨੈਕਟਰ ਸਾਹਿਬ USA ਵਿੱਚ ਵੱਸਦੇ ਨੇ, ਖੁੱਲ੍ਹੇ ਗੱਫੇ ਬਖਸ਼ੇ ਨੇ ਇਸ ਖੇਡ ਲਈ। ਧੰਨਵਾਦੀਆਂ ਸੀ ਉਹਨਾਂ ਵੀਰਾਂ ਦਾ, ਲਗਾਤਾਰ ਸੰਪਰਕ ਉਹਨਾਂ ਦਾ ਬਣਿਆ ਹੋਇਆ ਫੋਨ ਦੇ ਉੱਤੇ। ਧੰਨਵਾਦੀਆਂ ਮਨਦੀਪ ਸਿੰਘ ਸਹੋਤਾ ਜੀ ਦਾ। ਔਰ ਬਰਿੰਦਰ ਸਿੰਘ ਕੈਨੇਡਾ ਜੀ, ਆਹ ਸਮਾਣੇ ਵਾਲੇ ਨੂੰ ਸਪੈਸ਼ਲ ਨਾਲ ਦੇਣੇ ਸਿਮਰ ਜੀ USA ਤੋਂ 500 ਰੁਪਇਆ ਵੇ। ਔਰ ਬਰਿੰਦਰ ਸਿੰਘ ਜੀ ਵੱਲੋਂ 500 ਰੁਪਇਆ ਜੀ ਪਹਿਲੇ ਨੰਬਰ ਤੇ ਆਉਣ ਵਾਲੀ ਗੱਡੀ ਦੇ ਲਈ, ਬਰਿੰਦਰ ਸਿੰਘ ਜੀ ਕੈਨੇਡਾ। ਕਹਿੰਦੇ ਬੱਚਾ ਉਹੀ ਜਿੱਤਦਾ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਹੁੰਦਾ, ਲੀਡਰ ਉਹੀ ਜਿੱਤਦਾ ਜਿਹਦੀ ਪਾਰਟੀ ਦੇ ਵੱਖਰੀ ਟੌਰ ਹੁੰਦੀ, ਬੰਦਾ ਉਹੀ ਹੁੰਦਾ ਜੋ ਮੂੰਹੋਂ ਕੱਢੇ ਪਗਾਉਂਦਾ ਬੋਲ ਹੁੰਦਾ। ਇਕਲਾਹੇ ਵਾਲਿਆਂ ਨੇ ਮੂੰਹੋਂ ਬੋਲ ਕੱਢੇ, ਕਹਿੰਦੇ ਵੀ ਆਪਾਂ ਗੇੜਾ ਲਵਾ ਦਈਏ। ਪੁੱਛਿਆ ਜਦੋਂ, ਕਹਿੰਦੇ ਗੇੜੇ 'ਤੇ ਕਿੰਨਾ ਖਰਚਾ ਆਵੇਗਾ, ਕਹਿੰਦੇ 20-25,000 ਰੁਪਇਆ ਖਰਚਾ ਆਵੇਗਾ। ਫਿਰ ਸੰਪਰਕ ਹੋਈ, ਗੇੜੇ ਦੀ ਗੱਲ ਹੋਈ, ਕੈਨੇਡਾ ਦੇ ਵਿੱਚ ਬੈਠੇ ਬਬਲੂ ਉਹਨਾਂ ਨਾਲ, ਮਨਦੀਪ ਸਿੰਘ ਸੋਤੇ ਉਹਨਾਂ ਨਾਲ USA ਵਿੱਚ ਬੈਠੇ। ਉਹ ਕਹਿੰਦੇ ਜੇ 20-25,000 ਦੀ ਬਜਾਏ ਤੁਹਾਨੂੰ 1,00,000 ਰੁਪਇਆ ਅਸੀਂ ਇੱਥੋਂ ਹੀ ਭੇਜ ਦਈਏ, ਤੁਸੀਂ ਵੱਡੀ ਖੇਡ ਕਰਵਾ ਦਿਓ। ਆਓ ਉਹਨਾਂ ਦੀ ਸਦਕਾ ਇਹ ਪੰਜਾਬ ਦੀ ਮਿੰਨੀ ਓਲੰਪਿਕ ਬਣ ਗਈ ਹੈ ਮਿੱਤਰੋ, ਕੜਾਹੇ ਦੀ ਖੇਡ। ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਬੈਠੇ ਸੰਪਰਕ ਕਰਦੇ ਨੇ ਫੋਨ 'ਤੇ, ਜਿਨ੍ਹਾਂ ਨੇ ਵੱਡੇ ਇਨਾਮ ਦਿੱਤੇ ਨੇ ਇਸ ਖੇਡ ਮੇਲੇ ਦੇ ਲਈ। ਧੰਨਵਾਦੀਆਂ ਅਸੀਂ ਮਨਦੀਪ ਸਿੰਘ ਸੋਤਾ USA ਇਕਲਾਹੇ ਦੇ ਜਮਾਈ ਨੇ, ਅਰਪਿੰਦਰ ਸਿੰਘ ਰੋਡੂ, ਧਰਮਿੰਦਰ ਸਿੰਘ ਕਾਲੀਆ ਆਸਟ੍ਰੇਲੀਆ ਦੇ ਵਿੱਚ ਵੱਸਦੇ ਨੇ। ਧੰਨਵਾਦੀਆਂ ਅਸੀਂ ਉਹਨਾਂ ਵੀਰਾਂ ਦੇ। ਗੱਲ ਕਰੀਏ ਰੋਡੂ ਵੀਰ ਦੀ, ਇਹਨਾਂ ਦੇ ਪਰਿਵਾਰ ਦੀ। ਕਹਿੰਦੇ ਰੋਡੂ ਹੈ ਯਾਰਾਂ ਦਾ ਯਾਰ, ਗੁਰਿੰਦਰ ਦਾ ਸਭ ਦੇ ਨਾਲ ਪਿਆਰ,
ਦੀਪੀ ਖੜਦਾ ਯਾਰਾਂ ਦੇ ਨਾਲ ਜੀਤੇ ਕਨੈਕਟਰ ਤੇ ਕੁਲਦੀਪ ਸਿੰਘ ਦੇ ਕੀ ਕਹਿਣੇ ਨੇ ਮਿੱਤਰੋ, ਇਹ ਨਾਂ ਸਦਾ ਹੀ ਚਮਕਦੇ ਰਹਿਣੇ ਨੇ ਮਿੱਤਰੋ, ਇਹ ਨਾਂ ਸਦਾ ਹੀ ਚਮਕਦੇ ਰਹਿਣੇ ਨੇ ਮਿੱਤਰੋ। ਇਹ ਪੂਰੇ ਪਰਿਵਾਰ ਦਾ ਖੇਡਾਂ ਪ੍ਰਤੀ, ਮੈਂ ਪਹਿਲਾਂ ਵੀ ਦੱਸਿਆ ਸੀ, ਭਾਵੇਂ ਕਬੂਤਰਾਂ ਦੀ ਉਡਾਨ ਹੋਵੇ, ਬੈਲ ਗੱਡੀਆਂ ਦੀ ਗੱਲ ਹੋਵੇ, ਕਬੱਡੀ ਕੱਪ ਦੀ ਗੱਲ ਹੋਵੇ, ਔਰ ਸਾਰੇ ਹੀ ਪਰਿਵਾਰ ਦੇ ਕਹਿੰਦੇ 6 ਮੈਂਬਰ ਨੇ, 6 ਮੈਂਬਰਾਂ ਦਾ ਖੇਡਾਂ ਦੇ ਨਾਲ ਬੜਾ ਪਿਆਰ ਹੈ। ਅੱਜ ਮੈਂ ਦੇਖਦਾ 5 ਮੈਂਬਰ ਇੱਥੇ ਮੌਜੂਦ ਨੇ, 4 ਮੈਂਬਰ ਅਤੇ ਸਾਡੇ 2 ਮੈਂਬਰ ਬਾਹਰਲੇ ਮੁਲਕਾਂ ਦੇ ਵਿੱਚ ਵੱਸਦੇ ਨੇ, ਉਹਨਾਂ ਦਾ ਸੰਪਰਕ ਬਣਿਆ ਹੋਇਆ, ਪੂਰੇ ਪਰਿਵਾਰ ਦਾ ਖੇਡਾਂ ਦੇ ਨਾਲ ਜੁੜੇ ਹੋਏ ਨੇ, ਬੜਾ ਪਿਆਰ ਆ। ਧੰਨਵਾਦੀ ਹਾਂ ਅਸੀਂ ਜੀਤ ਸਿੰਘ ਕਨੈਕਟਰ ਦੇ ਪਰਿਵਾਰ ਦਾ, ਜਿਨ੍ਹਾਂ ਨੇ ਵੱਡੇ ਸਹਿਯੋਗ ਇਸ ਖੇਡ ਮੇਲੇ ਦੇ ਲਈ ਦਿੱਤੇ ਨੇ। ਜਿਹਨਾਂ ਨੇ 30 ਤੋਂ ਵੱਧ ਸਮਾਂ ਲਾਇਆ ਉਹਨਾਂ ਨੂੰ 500 ਰੁਪਇਆ ਸਰਦਾਰ ਸਿਮਰਜੀਤ ਸਿੰਘ ਧਮੋਟ USA ਵੱਲੋਂ ਹੈ, ਗੁਰਵਿੰਦਰ ਸਿੰਘ ਨਾਗਰਾ, ਵਰਿੰਦਰ ਸਿੰਘ ਨਾਗਰਾ, ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਦਾ 30 ਤੋਂ ਵੱਧ ਸਮਾਂ ਲੱਗਿਆ। ਬੇਨਤੀ ਹੈ ਉਹ 500 ਰੁਪਇਆ, ਇੱਕ ਤਾਂ ਸਾਹਿਬ ਵਾਲਿਆਂ ਦੇ ਨੋਟੋ ਐਂਟਰੀ ਅਵਤਾਰ ਦੇ ਇੱਕ ਪਰਚੀ ਨਹੀਂ ਆਈ, ਉਹ ਵੀਰ ਆਪਣਾ 500 ਰੁਪਇਆ ਸਾਡੇ ਤੋਂ ਆ ਕੇ ਪ੍ਰਾਪਤ ਕਰ ਲੈਣ। ਜਿਹਨਾਂ ਦੀ ਪਰਚੀ ਨਹੀਂ ਆਈ ਉਹ ਆਪਣਾ ਨਾਮ ਦੱਸ ਕੇ ਪਰਚੀ ਦੇ ਕੇ ਆਪਣਾ ਨਾਮ ਲੈ ਜਾਣ। ਦੂਜੇ ਅਵਤਾਰ ਸਿੰਘ ਹੋਣੀ ਆਪਣਾ ਸਾਹਿਬ ਵਾਲੇ 500 ਲੈ ਜਾਣ। ਔਰ ਸਾਡੇ ਦਰਮਿਆਨ ਪੁੱਜੇ ਨੇ ਬਿੰਦੀ ਰਸੂਲੜਾ ਗਾਂਧੀ ਗਰੁੱਪ ਜੀ, ਆਇਆਂ ਵੈਲਕਮ ਬਿੰਦੀ ਰਸੂਲੜਾ ਜੀ ਪੁੱਜੇ ਨੇ ਗਾਂਧੀ ਗਰੁੱਪ ਦੇ, ਭਾਈਆਂ ਵਰਗਾ ਪਿਆਰ ਹੈ ਮਨਵਿੰਦਰ ਸਿੰਘ ਗਾਂਧੀ ਦੇ ਨਾਲ, ਇਹਨਾਂ ਦਾ ਧੰਨਵਾਦੀਆਂ ਸੀ ਇਹਨਾਂ ਦੇ ਬਿੰਦੀ ਰਸੂਲੜਾ ਜੀ ਦੇ। ਧੰਨਵਾਦ ਬਈ ਰਸੂਲੜਾ, ਬਿੰਦੀ ਰਸੂਲੜਾ, ਬਿੰਦੀ ਗਾਂਧੀ ਗਰੁੱਪ। ਜਦੋਂ ਇਹ ਖੇਡਾਂ ਦੇਹੜੂ ਕਰਾਉਂਦੇ ਹੈ ਉਹਦੇ ਵਿੱਚ 3 ਮੋਟਰਸਾਈਕਲ ਤੇ ਵੀ 4 ਮੋਟਰਸਾਈਕਲ ਕਾਲਾ ਮਕਸੂਦੜੇ ਵੱਲੋਂ ਦਿੱਤੇ ਜਾਂਦੇ ਹੈ, ਔਰ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਇਹਨਾਂ ਗਰੁੱਪ ਦਾ, ਇਹਨਾਂ ਵੀਰਾਂ ਦਾ। ਸੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀ, ਬੜੀ ਮਿਹਰਬਾਨੀ। ਇਹ ਸ਼ਬਦ ਚੌਥੀ ਗਈ ਬਈ, ਕਿਹੜਾ ਵਾਲੀ ਸ਼ਬਦ ਆਖਰੀ ਹੈ ਬਾਈ ਜੀ? ਉਹ ਮੁੰਡਿਓ, ਉਹ ਸ਼ੇਰੋ ਇੱਧਰ ਆ ਜਾਓ, ਮੇਰੀ ਬੇਨਤੀ ਹੈ, ਇੱਧਰ ਆ ਜਾਓ, ਇੱਧਰ ਆਓ, ਆਓ ਸਾਰੇ ਇੱਧਰ, ਇੱਧਰ ਆ ਜਾਓ ਸ਼ੇਰੋ, ਇੱਧਰ ਚਲੋ ਮੇਰਾ ਮੱਲ, ਇੱਧਰ ਚਲੋ, ਇੱਧਰ ਚਲੋ ਸਾਰੇ, ਉੱਧਰ ਉੱਠ ਜਾਓ ਜੀ, ਉੱਠ ਜਾਓ ਜੀ, ਬੈਠ ਲੱਗ ਫਿਰ। ਹੋ ਜਾਓ ਵੀਰ ਪਿੱਛੇ। ਮਿੱਤਰੋ ਇਹ ਦਰਸ਼ਕਾਂ ਦਾ ਵੀ ਰਿਕਾਰਡ ਹੈ ਇਹ, ਅਸੀਂ ਵੀ ਕਈ ਵਾਰ ਖੇਡ ਮੇਲਿਆਂ ਤੇ ਸਾਰੀ ਦਿਹਾੜੀ ਲੰਘ ਜਾਂਦੀ ਹੈ ਇਹਨਾਂ ਨੂੰ ਬੋਲਦੇ ਬੋਲਦੇ, ਪਰ ਇਹ ਪਤਾ ਨਹੀਂ ਕਿਹੋ ਜਿਹੀ ਅੜੀ ਲੈ ਕੇ ਆਉਂਦੇ ਨੇ, ਹਿਲਣ ਦਾ ਨਾਂ ਨਹੀਂ ਲੈਂਦੇ ਹੈਗੇ। ਇਹ ਗਊ ਦੇ ਜਾਇਆਂ ਦੀ ਖੇਡ ਹੈ, 1-2 ਪੈਂਟਾਂ ਦਾ ਫਰਕ ਪੈ ਜਾਂਦਾ ਜੇ ਬੱਚਾ ਡਰ ਜਾਂਦਾ। ਮਿੱਤਰੋ 1-2 ਪੈਂਟਾਂ ਦੀ ਖੇਡ ਹੈ, ਦਰਸ਼ਕਾਂ ਨੂੰ ਬੇਨਤੀ ਹੈ ਕਿ ਵਾਰ ਵਾਰ ਬੇਨਤੀਆਂ ਕਰਦੇ ਸੀ, ਚੰਗੇ ਨਹੀਂ ਲੱਗਦੇ, ਤੁਸੀਂ ਸਾਈਡ ਤੇ ਹੋ ਜਾਓ। ਸਾਡੇ ਪ੍ਰਬੰਧਕਾਂ ਦਾ ਜ਼ੋਰ ਲੱਗਿਆ ਹੋਇਆ ਪੂਰਾ ਇਸ ਖੇਡ ਨੂੰ ਸਿਰੇ ਚੜ੍ਹਾਉਣ ਦੇ ਲਈ, ਵਧੀਆ ਤਰੀਕੇ ਦੇ ਨਾਲ ਕਰਵਾਉਣ ਦੇ ਲਈ, ਔਰ ਤੁਸੀਂ ਵੀ ਸਾਡਾ ਸਾਥ ਦਿਓ। ਧੰਨਵਾਦੀ ਹਾਂ ਅਸੀਂ ਤੁਹਾਡਾ ਇੱਥੇ ਪਹੁੰਚਣ ਤੇ ਜੀ। ਲਓ ਜੀ ਸ਼ੋਰਜ ਵੀ ਸਿਮਰਜੀਤ ਸਿੰਘ ਧੰਬੋਟ USA ਵੱਲੋਂ, ਪਹਿਲੇ ਨੂੰ 500 ਰੁਪਇਆ, ਦੂਜੇ ਨੂੰ 300 ਰੁਪਇਆ, ਤੀਜੇ ਨੂੰ 200 ਰੁਪਇਆ, ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਹਾਂਜੀ ਮਨੀ, ਆਪਣੇ ਪੈਸੇ ਲੈ ਜਾਓ, ਮਨੀ ਪੈਸੇ ਲਓ ਆਪਣੇ। ਤਰਲੋਚਨ ਸਿੰਘ ਆਪਣੇ ਪੈਸੇ ਲੈ ਜਾਓ, ਧੰਨਵਾਦੀ ਹਾਂ ਅਸੀਂ। ਜੱਸਾ ਮਾਸਟਰ ਅਤੇ ਗੁਲਜ਼ਾਰ ਮੁਹੰਮਦ ਜੀ ਸਾਡੇ ਮਾਸਟਰ ਜੀ, ਸੁਰਗਵਾਸੀ ਲੋਕ ਗਾਇਕ ਕੁਲਦੀਪ ਮਾਣਕ ਦੇ ਜਮਾਈ ਨੇ, ਜੋ ਸਾਡੇ ਐਂਟਰੀ ਫੀਸਾਂ ਦੀ ਸੇਵਾ ਨਿਭਾ ਰਹੇ ਨੇ, ਧੰਨਵਾਦੀ ਹਾਂ ਅਸੀਂ ਮਾਸਟਰ ਜੀ ਦਾ, ਜੋ ਸਵੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਧੰਨਵਾਦੀ ਹਾਂ ਜੀ ਮਾਸਟਰ ਜੀ ਦਾ।
ਲਓ ਜੀ ਧੰਨਵਾਦੀਆਂ ਬਬਲੂ ਕਨੇਡਾ ਉਹਨਾਂ ਵੱਲੋਂ ਵੀ ਸਿਮਰਜੀਤ ਬੋਟ 500 300 200 ਸਿਮਰਜੀਤ ਬੋਟ USA ਬਾਈ 33 ਪਿੰਨ ਵਾਲੀ ਪਰਚੀ ਨਹੀਂ ਆਈ ਨਾਲੇ ਪਰਚੀ ਦੇ ਦਿਓ ਨਾਲੇ 500 ਲੈ ਜਾਓ ਆਪਣਾ ਅਵਤਾਰ ਸਿੰਘ ਸਾਹਿਬ ਵਾਲਾ ਤੁਸੀਂ ਵੀ 500 ਲੈ ਜਾਓ ਆਪਣਾ ਅਵਤਾਰ ਸਿੰਘ ਸਾਹਿਬ ਵਾਲਾ ਹਾਂਜੀ ਬੇਨਤੀ ਕਰਦੇ ਹਾਂ ਅਸੀਂ ਜਿੰਨੇ ਵੀ ਇਕਲਾਹੇ ਨਗਰ ਦੇ ਜਾਂ ਇਲਾਕਾ ਨਿਵਾਸੀਆਂ ਨੇ 15 ਅਗਸਤ ਕਰਕੇ ਅਸਲਾ ਜਮ੍ਹਾਂ ਕਰਾਇਆ ਸੀਗਾ ਪੁਲਿਸ ਚੌਂਕੀ ਕੋਟ ਮੰਜੀ ਸਾਹਿਬ ਤੋਂ ਫੋਨ ਮੇਰੇ ਕੋਲ ਚੱਲ ਰਿਹਾ ਹੈ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਆਪਣਾ ਅਸਲਾ ਜਾ ਕੇ ਲੈ ਆਉਣ ਜਿਨ੍ਹਾਂ ਨੇ ਇਕਲਾਹੇਦਿਆਂ ਨੇ ਰਸੂਲੜਦਿਆਂ ਨੇ ਮਾਜਰੀਦਿਆਂ ਨੇ ਅਸਲਾ ਜਮ੍ਹਾਂ ਕਰਾਇਆ ਸੀਗਾ ਜੀ 15 ਅਗਸਤ ਕਰਕੇ ਕੋਟ ਚੌਂਕੀ ਤੋਂ ਫੋਨ ਆਇਆ ਵੀ ਆਪਣਾ ਅਸਲਾ ਜਾ ਕੇ ਲੈ ਆਉਣ ਜੀ ਔਰ ਦਰਸ਼ਕਾਂ ਦੇ ਲਈ ਇੱਕ ਹੋਰ ਖੁਸ਼ਖਬਰੀ ਹੈ ਜੀ ਇਕੜਾ ਦੀ ਧਰਤੀ ਤੇ ਨਵੰਬਰ ਮਹੀਨੇ ਦੇ ਵਿੱਚ ਕੁੱਤਿਆਂ ਦੀਆਂ ਦੌੜਾਂ ਵੀ ਹੋ ਰਹੀਆਂ ਨੇ ਜੀ ਜਿਹਨੂੰ ਪਹਿਲਾ ਇਨਾਮ ਮੋਟਰਸਾਈਕਲ ਦਿੱਤਾ ਜਾਣਾ ਜੀ ਕੁੱਤਿਆਂ ਦੀਆਂ ਦੌੜਾਂ ਨਵੰਬਰ ਦੇ ਵਿੱਚ ਹੋ ਰਹੀਆਂ ਨੇ ਇਕੜਾਹੇ ਦੀ ਧਰਤੀ ਤੇ ਅਤੇ ਪਹਿਲਾ ਇਨਾਮ ਮੋਟਰਸਾਈਕਲ ਦਿੱਤਾ ਜਾਣਾ ਜੀ ਔਰ ਨਾਲ ਹੀ 19-20 ਦਸੰਬਰ ਦੀਆਂ ਖੇਡਾਂ ਨੇ ਰਾਜਾ ਰੋਣੋ ਦੀ ਧਰਤੀ ਤੇ ਜਿੱਥੇ ਇੱਕ ਪਿੰਡ ਓਪਨ ਦੇ ਲਈ 1,01,000 ਰੁਪਈਆ ਇਨਾਮ ਹੋਵੇਗਾ ਦੂਜਾ ਇਨਾਮ 61,000 ਰੁਪਈਆ ਤੇ ਕਬੱਡੀ ਵੈਸਟ ਰੇਡਰ ਤੇ ਜਾਫੀ ਦੇ ਲਈ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਨੇ ਜੀ 20 ਸਤੰਬਰ ਰਾਜਾ ਰੋਣੋ ਦੀ ਧਰਤੀ ਤੇ 70 ਕਿੱਲੋ ਤੇ 65 ਕਿੱਲੋ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜੀ 19-20 ਸਤੰਬਰ ਰਾਜਾ ਦੀ ਧਰਤੀ ਤੇ ਇੱਕ ਮੁਕਾਬਲੇ ਹੋਣਗੇ ਜੀ ਕਬੱਡੀ ਦੇ ਧੰਨਵਾਦੀਆਂ ਜੀ ਬਿੱਟੂ ਬਾਜਵਾ ਪੜੌਲ ਗੱਡੀਆਂ ਦੇ ਬਾਬਾ ਬੋੜ ਸਰਦਾਰ ਬਲਵੰਤ ਸਿੰਘ ਜੀ ਪੜੌਲ ਦੇ ਲਾਡਲੇ ਸਪੁੱਤਰ ਨੇ ਸਰਦਾਰ ਬਾਬੂ ਸਿੰਘ ਹੋਣੀ ਨਗਲੀਆਂ ਪਹੁੰਚੇ ਨੇ ਖੇਡ ਦੇ ਧੰਨਵਾਦ ਕਰਦੇ ਹਾਂ 23 ਤਰੀਕ ਨੂੰ ਖੇਡਿਆ ਨਗਲੀਆਂ ਦੇ ਵਿੱਚ ਪਹਿਲਾਂ ਇਕੱਲੇ ਖੀਰਿਆਂ ਦਾ ਗੇੜਾ ਹੋਊਗਾ ਜੀ ਉਹਦੇ ਬਾਅਦ ਖੀਰੇ ਇਕੱਲੇ ਭੱਜ ਕੇ ਦੁੱਗੇ ਤੇ ਬੜੇ ਬੋਰ ਸਾਂਝੇ ਭੱਜਣਗੇ ਦੁੱਗੇ ਤੁਸੀਂ ਵੱਡਿਆਂ 'ਚ ਭਜਾ ਸਕੋਗੇ 23 ਤਰੀਕ ਨੂੰ ਪਿੰਡ ਨਗਲੀਆਂ ਦੇ ਵਿੱਚ ਗੇੜੇ ਦੀ ਖੇਡ ਹੋਊਗੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਸਾਡੀ ਟਰਾਲੀ ਦੇ ਵਿੱਚ ਮਹਾਰਾਜਵਾਨ ਨੇ ਜਰਨੈਲ ਸਿੰਘ ਜੀ ਸਰਪੰਚ ਸਾਹਿਬ ਕੁੰਭ ਤੋਂ ਧੰਨਵਾਦੀਆਂ ਸੀ ਇਹਨਾਂ ਦੇ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਖੇਡਾਂ ਦੇ ਲਈ ਸਰਦਾਰ ਜਰਨੈਲ ਸਿੰਘ ਜੀ ਸਰਪੰਚ ਸਾਹਿਬ ਕੁੰਭ ਤੋਂ ਜੀ ਸਾਡੇ ਮਾਮਾ ਜੀ ਧੰਨਵਾਦੀਆਂ ਸੀ ਇਹਨਾਂ ਦੇ ਜੀ ਕਹਿੰਦੇ ਜਿਹੜੇ ਬੌਲਦ ਨੂੰ ਆਪਾਂ ਭਜਾਉਣਾ ਹੀ ਨਹੀਂ ਉਹਨੂੰ ਖੁਰਲੀ ਤੇ ਫੜਾ ਕੇ ਕੱਖ ਖਵਾਉਣ ਦਾ ਕੀ ਫਾਇਦਾ ਹੈ ਜਿਹੜੇ ਘੋੜੇ ਦਾ ਕਦੇ ਪਿੰਡ ਦੇ ਉੱਤੇ ਜੀ ਬਹਿ ਕੇ ਦਿੱਤਾ ਹੀ ਨਾ ਗੇੜਾ ਉਹ ਤੇ 5-7 ਲਾਉਣ ਦਾ ਕੀ ਫਾਇਦਾ ਹੈ ਜਿਹੜੇ ਜਵਾਨ ਨੇ ਕਦੇ ਡੱਕਾ ਹੀ ਨਹੀਂ ਤੋੜਨਾ ਉਹਨੂੰ ਖੁਰਾਕ ਖੜਾ ਕੇ ਉਹਦਾ ਢਿੱਡ ਵਧਾਉਣ ਦਾ ਕੀ ਫਾਇਦਾ ਹੈ ਜਿਹੜੇ ਲੀਡਰ ਨੇ ਕਦੇ ਡੱਕਾ ਹੀ ਨਹੀਂ ਤੋੜਨਾ ਕਿਸੇ ਦਾ ਕੁਛ ਸਵਾਰਨਾ ਹੀ ਨਹੀਂ ਉਹਨੂੰ ਹਰ ਸਾਲ ਵੋਟਾਂ ਪਾ ਕੇ ਲੀਡਰ ਬਣਾਉਣ ਦਾ ਕੀ ਫਾਇਦਾ ਹੈ ਜਿਹੜੇ ਸਰਮਾਏਦਾਰ ਨੇ ਦਿੱਤੇ ਹੀ ਨਹੀਂ ਕਦੇ ਸਾਂਝੇ ਕੰਮ 'ਚ ਪੈਸੇ ਉਹਨੂੰ ਸਟੇਜ ਤੇ ਬਿਠਾ ਕੇ ਫ੍ਰੀ ਦਾ ਖਵਾਉਣ ਦਾ ਕੀ ਫਾਇਦਾ ਹੈ ਉਹਨੂੰ ਸਟੇਜ ਤੇ ਬਿਠਾ ਕੇ ਫ੍ਰੀ ਦਾ ਕੌਣ ਕੀ ਫਾਇਦਾ ਹੈ ਮਿੱਤਰੋ ਕਈ ਮੈਂ ਦੇਖਦਾ ਨੌਜਵਾਨ ਅੱਜ ਕੱਲ੍ਹ ਢਿੱਡ ਬੜੇ ਵਧਾਈ ਫਿਰਦੇ ਨੇ ਖਾ ਖਾ ਕੇ ਜਦੋਂ ਕੰਟਰੋਲ 'ਚ ਰੱਖਿਆ ਕਰੋ ਮਿੱਤਰੋ ਆਪਣੇ ਆਪ ਨੂੰ ਧੰਨਵਾਦ ਜੀ ਢਿੰਗੀ ਵਾਲੇ ਵੀਰਾਂ ਦਾ ਸਰਦਾਰ ਭਜਨ ਸਿੰਘ ਹੋਣੀ ਢਿੰਗੀ ਉਹ ਵੀ ਪਹੁੰਚੇ ਨੇ
ਪਹਿਲ ਧੰਨਵਾਦ ਕਰਦੇ ਹਾਂ। ਰਣਧੀਰ ਸਿੰਘ ਜੀ ਵੀ ਪਰ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ। ਸੈਵਰਨ ਧਮੋਟ ਵੱਲੋਂ ਜੀ ਯੂ ਐਸ ਏ ਐਸ਼ੋਰ 500 ਰੁਪਈਆ, 300 ਰੁਪਈਆ, 200 ਰੁਪਈਆ। ਉਹ ਬਾਈ ਜੀ ਇੱਧਰ ਆਓ, ਮੇਰੀ ਬੇਨਤੀ ਹੱਥ ਬੰਨ ਕੇ ਆਓ ਇੱਧਰ ਨੂੰ ਆਓ ਇੱਧਰ ਆਓ, ਇਹ ਬੜਾ ਅੱਛਾ ਇੱਧਰ ਆ। ਆ ਸੁਖਲਾਲ ਦਾ ਪੈਂਟ ਨਾ ਪਜਾਮਾ, ਇੱਧਰ ਆ ਛੋਟੇ ਭਾਈ ਇੱਧਰ ਆ ਜਾਓ, ਚਲੋ ਇੱਧਰ ਕੱਢੋ ਇਹਦੇ ਸਾਰਿਆਂ ਨੂੰ। ਦਰਸ਼ਕ ਵੀ ਨੋਟ ਕਰਨ ਜੀ, ਗੋਭੀ ਦੇ ਵਿੱਚ ਨਾ ਵੜਨ ਜੀ, ਵਾਰ ਵਾਰ ਗੋਭੀ ਵਾਲੇ ਲੋਸਮੈਂਟ ਕਰਾਉਂਦੇ ਨੇ, ਕਿਉਂਕਿ ਇੱਕ ਤਾਂ ਮੀਂਹ ਦੀ ਮਾਰ ਪਈ ਹੋਈ ਹੈ, ਇੱਕ ਦਰਸ਼ਕ ਕਹਿੰਦੇ ਵਿੱਚ ਹੀ ਲੰਘੀ ਜਾਂਦੇ ਨੇ ਗੋਭੀ ਦੇ। ਬੇਨਤੀ ਆ ਵੀਰ ਬਣ ਕੇ ਸਾਈਡ ਤੇ ਹੋ ਜਾਇਓ, ਗੋਭੀ ਨਾ ਮਿਧਿਓ ਜੀ। ਆਵੇ ਕੁੱਬਿਆਂ ਵਾਲਾ ਜਵਾਨ ਨਾਕਰੇ ਵਾਲੇ ਮਿਲਣ ਆਏ ਸਿਮਰਨ, ਆਜੋ ਆਜੋ ਅਖੜੇ ਮਿਲ ਲਓ ਵੀ। ਲਓ ਜੀ ਚੌਥੀ ਸ਼ਿਫਟ ਚਲੇ ਗਈ ਹੈ, ਅਗਲੀ ਸ਼ਿਫਟ ਆਖਰੀ ਔਰ ਧੰਨਵਾਦੀ ਹੈ ਭਗਵੰਤ ਸਿੰਘ ਪਾਂਤਾ, ਵਰਿੰਦਰ ਸਿੰਘ ਯੂ ਐਸ ਏ, ਜਿਨ੍ਹਾਂ ਦੇ ਵੱਡੇ ਸਹਿਯੋਗ ਨੇ ਇਸ ਖੇਡ ਮੇਲੇ ਦੇ ਲਈ। ਤਰਲੋਚਨ ਸਿੰਘ ਜੀ ਡੀ ਸੀ, ਕੰਪੈਨਾਂ ਵਾਲਾ ਲਾਣਾ ਵੱਜਦਾ ਹੈ, ਜਿਨ੍ਹਾਂ ਦਾ ਬੱਚਾ ਵੀ ਭੱਜ ਰਿਹਾ ਜੀ, ਉਹਨਾਂ ਦੇ ਪਿਤਾ ਜੀ ਨੂੰ ਦਾਦਾ ਜੀ ਨੂੰ ਬੜਾ ਸ਼ੌਂਕ ਸੀ, ਪਰ ਅੱਜ ਉਹਨਾਂ ਦੇ ਸਪੁੱਤਰ ਨੇ ਸਾਂਭਿਆ ਇਹ ਕੰਮ, ਮਾਲਕ ਤਰੱਕੀ ਬਖਸ਼ੇ, ਇਸੇ ਤਰ੍ਹਾਂ ਗੱਡੀਆਂ ਪਹੁੰਚਾਉਂਦੇ ਰਹਿਣ ਅਤੇ ਖੇਡ ਮੇਲਿਆਂ ਦੇ ਲਈ ਸਹਿਯੋਗ ਦਿੰਦੇ ਰਹਿਣ। ਧੰਨਵਾਦ ਜੀ ਤਰਲੋਚਨ ਸਿੰਘ ਡੀ ਸੀ ਉਹਨਾਂ ਦਾ। ਬਾਬੇ ਬੈਂਤ ਸਿੰਘ ਕਿਹੜੀ ਮੁੰਡਾ, ਇਹ ਫੌਜ 'ਚ ਭਰਤੀ ਹੋ ਗਿਆ, ਸ਼ੌਂਕ ਦੇਖ ਲਓ, ਛੁੱਟੀ ਆਇਆ, ਬਹੁਤ ਭਜਾਉਣਾ ਆ ਗਿਆ ਨਾਲੇ, ਸ਼ੌਂਕ ਹੈ ਸ਼ੌਂਕ। ਚੱਲ ਕੋਈ ਨਹੀਂ, ਜਿੰਨੇ ਹੋ ਗਿਆ ਭਜਾ ਦੇਣੀਆਂ ਹੈ, ਕਰੀ ਜਾਓ ਕਰੀ ਜਾਓ ਐਂਟਰੀ, ਬਹੁਤ ਸਮਾਂ ਆਪਣੇ ਕੋਲ, ਸ਼ਿਫਟ ਅਗਲੀ ਆਖਰੀ ਹੈ। ਔਰ ਸਾਡੇ ਜਰਨੈਲ ਸਿੰਘ ਮਾਮਾ ਜੀ ਬੈਠੇ ਨੇ ਟਰਾਲੀ ਦੇ ਵਿੱਚ, ਕਹਿੰਦੇ ਇਸੇ ਤਰ੍ਹਾਂ ਇਹਨਾਂ ਖੇਡਾਂ ਨੂੰ ਬਰਕਰਾਰ ਰੱਖਿਓ, ਗਾਹਾਂ ਨੂੰ ਆਪਾਂ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਦੇ ਦਿਆਂਗੇ। ਧੰਨਵਾਦ ਜੀ ਮਾਮਾ ਜੀ ਦਾ, ਜਿਨ੍ਹਾਂ ਦੇ ਵੱਡੇ ਸਹਿਯੋਗ ਨੇ।